ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ, ਜੋ ਸਭ ਤੋਂ ਵੱਡਾ ਸ਼ਬਦ ਰੂਪ ਹੁਕਮਨਾਮਾ ਸਾਹਿਬ ਅਸੀਂ ਪੜ੍ਹਦੇ ਹਾਂ, ਉਹ ਦਰਜ ਹੈ ਜੀ 755 ਨੰਬਰ ਅੰਕ 'ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ। ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਰਾਗ ਸੂਹੀ ਦੇ ਵਿੱਚ ਇਹ ਆਰੰਭ ਹੁੰਦਾ ਜੀ। ਇੱਥੋਂ ਰਾਗ ਸੂਹੀ ਮਹਿਲਾ ਤੀਜਾ, ਤੀਸਰੇ ਗੁਰੂ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਘਰ ਦਸਵਾਂ। ਅਤੇ ਇਹ ਹੁਕਮਨਾਮਾ ਸਾਹਿਬ ਇਸ ਜਗ੍ਹਾ ਤੋਂ ਆਰੰਭ ਹੋ ਕੇ ਅਤੇ ਫਿਰ ਉਸ ਤੋਂ ਬਾਅਦ 756 ਨੰਬਰ ਅੰਕ 'ਤੇ ਆ ਜਾਈਏ ਅਤੇ ਇੱਥੇ ਜਾ ਕੇ ਸਮਾਪਤ ਹੁੰਦਾ, ਨਾਨਕ ਸੱਚ ਲਹਾਨਾ। ਇੱਥੋਂ ਤੱਕ ਜਾਣੀ ਕਿ 34 ਜਿਹੜੇ ਆ ਉਹ ਪੂਰੇ ਇਸ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਪਦੇ ਆ, 34 ਪਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਸਭ ਤੋਂ ਵੱਡਾ ਹੁਕਮਨਾਮਾ ਸਾਹਿਬ ਆ। ਜਿਵੇਂ ਮੈਂ ਅਕਸਰ ਸੰਗਤ ਵਿੱਚ ਬੇਨਤੀ ਕਰਦਾ ਹੁੰਦਾ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਹੁਕਮਨਾਮਾ ਸਾਹਿਬ ਲੈਂਦੇ ਹਾਂ ਅਤੇ ਖੱਬੇ ਹੱਥ 'ਤੇ ਜਿਹੜਾ ਪਹਿਲਾ ਮੁਬਾਰਕ ਸ਼ਬਦ ਆਰੰਭ ਹੁੰਦਾ, ਹੁਣ ਇੱਥੇ ਤੁਸੀਂ ਦੇਖੋ ਵੀ ਖੱਬੇ ਹੱਥ 'ਤੇ ਸੱਚਾ ਸ਼ਾਹ ਸੱਚੇ ਬਨਜਾਰੇ, ਹੁਣ ਇੱਥੋਂ ਸ਼ਬਦ ਆਰੰਭ ਹੋ ਰਹੇ ਆ, ਪਰ ਇੱਥੇ ਇਹ ਸ਼ਬਦ ਪੂਰਾ ਨਹੀਂ ਆ। ਹੁਣ ਅਸੀਂ ਜਦੋਂ ਅੰਕ ਪਰਤਾਵਾਂਗੇ ਅਤੇ ਸੱਜੇ ਹੱਥ 'ਤੇ ਇੱਥੋਂ ਦੀ ਇਹ ਸ਼ਬਦ ਆਰੰਭ ਹੋ ਰਿਹਾ। ਇਹੀ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਹੁਕਮਨਾਮਾ ਸਾਹਿਬ ਬਣੇਗਾ। 755 ਨੰਬਰ ਅੰਕ ਦੇ ਉੱਤੇ ਇਹ ਹੁਕਮਨਾਮਾ ਸਾਹਿਬ ਸੁਭਾਇਮਾਨ ਆ ਅਤੇ ਇਹ ਹੁਕਮਨਾਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਵਿੱਚ ਸਭ ਤੋਂ ਵੱਡਾ ਹੁਕਮਨਾਮਾ ਸਾਹਿਬ ਆ। ਤੋ ਇਸ ਵੀਡੀਓ ਨੂੰ ਸੰਗਤ ਜੀ ਵੱਧ ਤੋਂ ਵੱਧ ਸੰਗਤ ਨਾਲ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਓ ਵੀ, ਤਾਂ ਜੋ ਸਿੱਖ ਸੰਗਤਾਂ ਤੱਕ ਇਹ ਜਿਹੜੀ ਅਮੋਲਕ ਜਾਣਕਾਰੀ ਆ ਇਹ ਪਹੁੰਚ ਸਕੇ। ਜਿਹੜੀਆਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਹਿਜ ਪਾਠ ਕਰਦੀਆਂ ਹਨ, ਉਹ ਸਿੱਖ ਸੰਗਤਾਂ ਜਿਹੜੀਆਂ ਹਨ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੇ ਰਹਿਣ। ਅਤੇ ਆਸ ਉਮੀਦ ਕਰਾਂਗਾ ਵੀ ਆਪ ਸਾਰੀ ਸਿੱਖ ਸੰਗਤ ਜਿਹੜੀ ਹੈ ਇਸੇ ਤਰ੍ਹਾਂ ਆਓ ਗੁਰਬਾਣੀ ਸਿੱਖੀਏ, ਇਸ ਜਿਹੜਾ ਪ੍ਰੋਗਰਾਮ ਆ ਇਹ ਜਿਹੜਾ ਚੈਨਲ ਆ ਇਹਨੂੰ ਪਿਆਰ ਕਰਦੇ ਰਹੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।